ਜੀ, ਮੇਰੀ ਇਹ ਬੇਟੀ ਆ, ਇਹ ਬਹੁਤ ਜ਼ਿਆਦਾ ਸਾਨੂੰ 2-3 ਸਾਲਾਂ ਤੋਂ ਤੰਗ ਕਰਦਾ। ਇਹ ਘਰ ਵੀ ਆਣ ਕੇ ਸਾਡੇ ਹੱਥੀ ਪੈਂਦੇ ਰਹੇ, ਬੜਾ ਹੱਥ ਪੱਲਾ ਇਹਦੇ ਅੱਗੇ ਜੋੜਦੇ ਰਹੇ ਹਾਂ ਵੀ ਹਾਂ ਸੁਧਰ ਜਾ ਸੁਧਰ ਜਾ। ਇਹ ਸੁਧਰਦਾ ਨਹੀਂ ਰਿਹਾ, ਨਾ ਹੀ ਇਹ ਸਮਝਦਾ ਰਿਹਾ ਵਾ। ਇਹਨੇ ਕੁੜੀ ਦੇ ਨਾਲ ਹੋਟਲਾਂ 'ਚ ਖੜ ਖੜ ਕੇ ਇਹ ਜ਼ਬਰਦਸਤੀ ਕਰਦਾ ਰਿਹਾ, ਨਸ਼ਾ ਕਰਾਉਂਦਾ ਰਿਹਾ। ਬਹੁਤ ਜ਼ਿਆਦਾ ਪਰੇਸ਼ਾਨ ਮੈਂ, ਨਾ ਮੇਰਾ ਘਰ ਵਾਲਾ ਨਾ ਮੇਰਾ ਬੇਟਾ, ਮੈਂ ਕਿਰਾਏ 'ਤੇ ਰਹਿੰਦੀ ਹਾਂ। ਇਹਦੇ ਲਾਗੋਂ ਗਲੀ ਮੁਹੱਲੇ ਦਾ ਵਾ ਮੁੰਡਾ, ਇਹਦੇ ਲਾਗੋਂ ਵੀ ਮੈਂ ਘਰ ਬਦਲਿਆ ਵਾ। ਇਹ ਜਿੱਥੇ ਮੈਂ ਦੂਜੇ ਥਾਂ 'ਤੇ ਬਦਲਿਆ ਉੱਥੇ ਵੀ ਇਹ ਜਾਂਦਾ। ਇਹ ਬੁਲਟ 'ਤੇ ਇਹਦੇ ਚਾਚੇ ਤਾਇਆਂ ਦੇ ਮੁੰਡਿਆਂ ਨੂੰ ਨਾਲ ਲੈ ਕੇ ਬੁਲਟ 'ਤੇ ਜਾਂਦਾ ਵਾ, ਸਾਨੂੰ ਪਰੇਸ਼ਾਨ ਕਰਦਾ। ਹੁਣ ਵੀ ਧਮਕੀਆਂ ਦਿੰਦਾ, ਹੁਣ ਮੇਰੀ ਛੋਟੀ ਕੁੜੀ ਵਿਆਹੀ ਆ, ਵੱਡਾ ਜਵਾਈ ਆ ਮੇਰਾ ਬਟਾਲੇ ਤੋਂ, ਇਹ ਆ ਉਹਨਾਂ ਨੂੰ ਵੀ ਆਉਂਦਾ ਵਾ ਤੁਹਾਡੇ ਨਾਲ ਮੈਂ ਵੇਖਣਾ। ਕੱਲ੍ਹ ਵੀ ਇਹਨੇ ਘੇਰਿਆ ਵਾ ਰੋਬਨ ਨੇ, ਅਸੀਂ ਥਾਣੇ ਦੇ ਗੜੇ। ਮੰਗ ਅਸੀਂ ਇਹੋ ਕਰਦੇ ਵੀ ਕੱਲ੍ਹ ਨੂੰ ਸਾਡੇ ਬੱਚਿਆਂ ਨੂੰ ਨੁਕਸਾਨ ਹੋ ਗਿਆ, ਮੈਨੂੰ ਹੋ ਗਿਆ, ਕੱਲ੍ਹ ਨੂੰ ਮੇਰੇ ਜਵਾਈ ਨੂੰ ਹੋ ਗਿਆ ਜਿਹਦੇ ਨਾਲ ਵਿਆਹ ਕਰਨਾ, ਉਹਦੇ ਮਗਰ ਵੀ ਇਹ ਜਾਂਦਾ ਗੱਡੀ ਮਗਰ ਲਾਉਂਦਾ। ਕੱਲ੍ਹ ਨੂੰ ਕੋਈ ਗੱਲਬਾਤ ਹੋ ਗਈ, ਜ਼ਿੰਮੇਵਾਰ ਇਹ ਚੰਡੀਗੜ੍ਹੀ ਹੈ, ਅਤੇ ਉਹ ਜਿਹੜਾ ਮੁੰਡਾ ਸਾਨੂੰ ਧਮਕੀਆਂ ਦਿੰਦਾ ਉਹ ਹੋਊਗਾ। ਇਹ ਲੜਕੀ ਨਾਲ ਜ਼ਬਰਦਸਤੀ ਰੇਪ ਕਰਦਾ ਰਿਹਾ, ਉਹਨੂੰ ਨਸ਼ਾ ਦੇ ਕੇ, ਠੀਕ ਹੈ, ਰੇਪ ਕਰਦਾ ਰਿਹਾ ਉਹਦੇ ਨਾਲ। ਅਤੇ ਹੁਣ ਉਹਨੂੰ ਲੜਕੀ ਨੂੰ ਤੰਗ ਕਰਨ ਦਿਆ ਕਿ ਮੇਰੇ ਨਾਲ ਜ਼ਬਰਦਸਤੀ ਸੰਬੰਧ ਬਣਾ, ਦੂਜੇ ਮੁੰਡਿਆਂ ਕੋਲੋਂ ਵੀ ਕਰਾਉਂਦਾ ਰਿਹਾ, ਨਾਲ ਲੜਕੀ ਨਾਲ ਵਿਆਹ ਕਰਾਉਂਦਾ। ਇਹਨੇ ਫੋਟੋਆਂ ਇੰਸਟਾਗ੍ਰਾਮ 'ਤੇ ਵਾਇਰਲ ਕੀਤੀਆਂ ਉਹਦੀਆਂ। ਸਾਨੂੰ SHO ਸਾਹਿਬ ਮੁਖਤਾਰ ਸਿੰਘ, SSP ਦੇ ਹਾਥੀ ਸਤਿੰਦਰ ਸਿੰਘ, ਆਮ ਆਦਮੀ ਸਰਕਾਰ ਨੇ ਸਾਡਾ ਬਹੁਤ ਸਾਥ ਦਿੱਤਾ, ਠੀਕ ਹੈ ਜੀ, ਸਾਨੂੰ ਇਨਸਾਫ ਦਵਾਇਆ, ਜੋ ਵੀ ਬਣਦੀ ਕਾਰਵਾਈ ਕੀਤੀ ਆ। ਇੱਕ ਸਰ ਸਾਨੂੰ ਕੱਲ੍ਹ ਦੀਆਂ ਥਰੈਟ ਕੋਲਾਂ ਬਹੁਤ ਆ ਰਹੀਆਂ ਨੇ। ਜਗਜੀਤ ਸਿੰਘ ਹੈਗਾ ਕੋਈ, ਸਾਨੂੰ ਹਰਮਿੰਦਰ ਸਿੰਘ ਗਹਿਰੀ ਮੰਡੀ, ਆਮ ਆਦਮੀ ਦਾ ਲੀਡਰ ਕਹਿੰਦਾ ਮੈਂ, ਸਾਨੂੰ ਧਮਕੀਆਂ ਦੇਣ ਦਿਆ ਵਾ ਕਿ ਜੇ ਤੁਸੀਂ ਰਾਜ਼ੀਨਾਮਾ ਨਾ ਕੀਤਾ ਗੋਲੀਆਂ ਮਾਰ ਦਾਂਗੇ, ਤੁਹਾਨੂੰ ਪਿੰਡੋਂ ਕੱਢ ਦਾਂਗੇ। ਇੱਕ ਸਰ ਇਹਦਾ ਲੜਕੇ ਦਾ ਬ੍ਰਦਰ ਹੈਗਾ ਰੋਬਨ, ਸਾਨੂੰ ਬਖਸ਼ੀਸ਼ ਸਿੰਘ, ਉਹਨੇ ਸਾਨੂੰ ਕੱਲ੍ਹ ਖਿਲਾਰ ਕੇ, ਸਰਕਾਰੀ ਨੌਕਰੀ ਕਰਦਾ ਵਾ, ਉਹ ਸਰਕਾਰ ਦਾ ਨੁਮਾਇੰਦਾ ਹੋ ਕੇ ਵੀ ਨਹੀਂ ਡਰਨ ਦਿਆ ਕਿ ਮੈਂ ਮਤਲਬ ਕੀ ਕਰਨ ਦਿਆ ਵਾ। ਉਹਨੇ ਸਾਨੂੰ ਕੱਲ੍ਹ ਖਿਲਾਰ ਕੇ ਧਮਕੀ ਦਿੱਤੀ ਆ ਕਿ ਜੇ ਕੋਈ ਗੱਲ ਹੋਈ ਤਾਂ ਮੈਂ ਤੁਹਾਨੂੰ ਮਤਲਬ ਕਿ ਗੋਲੀਆਂ ਮਾਰ ਦਾਂਗਾ, ਤੁਹਾਡੇ ਨਾਲ ਵੇਖਣਾ ਵਾ ਜੋ ਵੀ ਤੁਹਾਡੀ ਕੈਮਰੇ 'ਚ ਫੋਟੋ ਆਈ ਆ। ਨਹੀਂ ਹਾਂਜੀ ਸਰ, ਕਰਨ ਲੱਗੇ ਕੰਪਲੇਂਟ, SHO ਸਾਹਿਬ ਹੈ ਨਹੀਂ ਆ, ਉਹ ਆਉਣ ਲੱਗੇ ਤਾਂ ਕਹਿੰਦੇ ਕੰਪਲੇਂਟ ਤੁਹਾਡੀ ਦਰਜ ਕਰਦੇ ਹਾਂ। ਕੀ ਮੰਗ ਕਰਦੇ ਸਰ? ਅਸੀਂ ਮੰਗ ਕਰਦੇ ਹਾਂ ਕਿ ਸਾਡਾ ਜੇ ਕੋਈ ਕੱਲ੍ਹ ਨੂੰ ਨੁਕਸਾਨ ਹੋ ਗਿਆ ਜਾਨ ਦਾ, ਕੋਈ ਸਾਡਾ ਅਵਾਬੀ ਨਵੀ ਸਾਨੂੰ ਹੋ ਗਈ, ਜ਼ਿੰਮੇਵਾਰੇ ਇੱਕ ਜਗਜੀਤ ਸਿੰਘ ਜਿਹੜਾ ਆਮ ਆਦਮੀ ਦਾ ਕਹਿੰਦਾ ਮੈਂ ਲੀਡਰ ਬਹੁਤ ਵੱਡਾ ਇੱਕ, ਅਤੇ ਇੱਕ ਸਾਡਾ ਦੋਸ਼ੀ ਪਰਿਵਾਰ ਚੰਡੀਗੜ੍ਹੀਆਂ ਦਾ, ਇਹ ਜ਼ਿੰਮੇਵਾਰ ਹੋਣਗੇ। ਇਹਦੇ 'ਚ ਇਨਵੈਸਟੀਗੇਸ਼ਨ ਹੋਈ ਆ, ਕੰਪਲੇਂਟ ਦੀ FIR ਦਰਜ ਹੋਈ ਆ। FIR ਦੇ ਵਿੱਚ ਅਮਨਦੀਪ ਸਿੰਘ ਰੂਬਲ ਹੈ, ਪੁੱਤਰ ਬਲਵੀਰ ਸਿੰਘ ਗੈਰੀ ਦਾ, ਉਹ ਅਰੈਸਟ ਕੀਤਾ ਗਿਆ ਜੀ। ਅਰੈਸਟ ਕਰਕੇ ਸਾਡੀ ਅਗਲੀ ਕਾਰਵਾਈ ਚੱਲ ਰਹੀ ਹੈ। ਰੂਬਲ ਵੱਲੋਂ ਦੱਸਿਆ ਜਾ ਰਿਹਾ ਕਿ ਬਲੈਕਮੇਲ ਵੀ ਕਰਦਾ ਸੀ ਇੰਸਟਾਗ੍ਰਾਮ 'ਤੇ, ਵੀਡੀਓ ਪਾ ਕੇ। ਹਾਂਜੀ, ਉਹ ਜੋ ਵੀ ਨੋਟਿਸ 'ਚ ਆਇਆ ਵਾ ਉਹ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਜੀ ਸਾਡਾ ਅੱਗੇ ਉਹ ਅਸੀਂ ਕਰ ਰਹੇ ਹਾਂ, ਅਤੇ ਉਹ ਗੱਲ ਬਿਲਕੁਲ ਠੀਕ ਹੈ, ਇਸੇ ਮੁਤਾਬਕ ਹੀ FIR ਦਰਜ ਹੋਈ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੀ। ਦੱਸਿਆ ਜਾ ਰਿਹਾ ਪਰਿਵਾਰ ਦਾ ਕਹਿਣਾ ਵਾ ਕਿ ਧਮਕੀਆਂ ਵੀ ਜਿਹੜੀਆਂ ਵਾ ਆ ਰਹੀਆਂ, ਕੋਈ ਆਮ ਆਦਮੀ ਪਾਰਟੀ ਦਾ ਕੋਈ ਪ੍ਰਧਾਨ ਹੈਗਾ ਜਿਹੜਾ ਧਮਕੀਆਂ ਦੇ ਰਿਹਾ? ਸਾਡੇ ਕੋਲ ਅਜਿਹੀ ਗੱਲ ਕੋਈ ਨੋਟਿਸ ਨਹੀਂ ਆਈ, ਅਗਰ ਨੋਟਿਸ 'ਚ ਆਈ ਤਾਂ ਉਹਨੂੰ ਸਖਤੀ ਨਾਲ ਨਜਿੱਠਿਆ ਜਾਊਗਾ, ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਉਹ ਨੇਪਰੇ ਚਾੜੀ ਜਾਊਗੀ।